सब तो पहला तो मैं अपनी सारिया भैनों को बेनती करना चाहना, इदा की फोटो कभी नहीं खिंचाई। जेडे आ कमेंट्री कर रहे हैं, हो सकता इन्हों के घर धी ना हो, इन्हों के घर भैन ना हो, वो फलाना बंदा गंद वीडियो बना रहा, वो फलाना बंदा जी आ कर रहा, फलाना बंदा आ कर रहा, लोग खुद मैम स्वाद लेना चाहते हैं, स्वाद देखना चाहते हैं, तो कसूर फिर उन्होंने ही कट देंगे। मैं लगता है कि मैम जो तक किसी के घर अग ना लगे, वह किसी होर के घर अग लगी सेके समझ ही नहीं सकता। पर गल उही है ना, लोगों को स्वाद लैन ज्यादा, किसी का घर टुटदा हो 1 मिलियन व्यू, किसी का घर जुड़दा हो 1000 व्यू। एक दो दिन तो जेकर जिक्र करा तो सोशल मीडिया से कह लो भी सैलाब ही आया होया, लोग स्वाद लैण दे लई कह लो, लोग मतलब वो वीडियो नू काफ़ी ज़्यादा वायरल कर रहे हैं, यानी कि इतराज़योग वीडियोज़ जिहड़ियां वो सामने आईयां सी उन्हां नू लोग वध तों वध शेयर कर रहे हैं। पर जिथे मैं अज खड़ी हाँ ना, उन्हां दीआं वीडियोज़ भी बहुत शेयर होंदियां ने, पर जेकर मैं जिक्र करा तो ये काम नू घट शेयर करके लोग स्वाद लैण दे लई कुछ वीडियोज़ जिहड़ियां ने वो ज़्यादा शेयर कर रहे हैं। जिक्र मेरे करन तों तुहानू पता लग गया होगा, मैं गल कर रही हाँ कुल्लड़ पिज़्ज़ा वाले कपल दी जिन्हां दी वीडियोज़ वायरल हो रही ने। इस बाबत बहुत चंगे बुलारे साडे नाल मौजूद ने जिन्हां ने अज खुल के अपनी राय रखी, खुल के अपने विचार रखे ने। अनमोल क्वात्रा जी, पहला तो बहुत बहुत स्वागत है वन इंडिया पंजाबी ते। धन्यवाद मैम, बहुत धन्यवाद जी, तुसी आए इंटरव्यू करने ते, थैंकफुल हां जी तुहाडे जी। अनमोल जी, मैं बींग अ गर्ल कहां, एक कुड़ी दे लई बहुत डिप्रेस्ड चीज़ होंदी है जदों मान लो एक पिक्चर भी एडिट कर दिती जावे, चाहे होवे वी रियल, सो बहुत ज़्यादा डिप्रेस्ड वाली गल होंदी। तुसी इस बाबत इस मुद्दे ते तुसी अपनी राय रखी, ਤੁਸੀਂ ਸੰਵੇਦਨਸ਼ੀਲ ਉਹਨਾਂ ਨਾਲ, ਮੈਂ ਜਾਣਨਾ ਚਾਹਾਂਗੀ ਕਿ ਸੋਸ਼ਲ ਮੀਡੀਆ 'ਤੇ ਜਿਹੜਾ ਇਹਨੂੰ ਹੁੰਗਾਰਾ ਮਿਲ ਰਿਹਾ ਉਸ ਬਾਬਤ ਤੁਹਾਡੇ ਕੀ ਵਿਚਾਰ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਤੁਸੀਂ ਹੁਣ ਕਿਹਾ ਕਿ ਬੀਇੰਗ ਅ ਗਰਲ ਤੁਸੀਂ ਫੀਲ ਕਰਦੇ ਹੋ, ਮੇਰੇ ਘਰ ਵੀ ਮੇਰੀ ਸਿਸਟਰ ਹੈ। ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਸਾਰੀਆਂ ਭੈਣਾਂ ਨੂੰ ਬੇਨਤੀ ਕਰਨਾ ਚਾਹੁੰਦਾ, ਇੱਦਾਂ ਦੀ ਫੋਟੋ ਕਦੀ ਨਹੀਂ ਖਿਚਾਈਦੀ। ਕਿਸੇ ਕੋਲ ਤੁਸੀਂ ਭਾਵੇਂ ਰੱਬ ਜਿੰਨਾ ਤੁਹਾਨੂੰ ਕਿਸੇ 'ਤੇ ਯਕੀਨ ਹੋਵੇ, ਪਹਿਲੀ ਗੱਲ ਤਾਂ ਉਹ ਚਵਲ ਬੰਦਾ ਜਿਹੜਾ ਕਹਿੰਦਾ ਕਿ ਇਫ ਯੂ ਟਰਸਟ ਮੀ ਤਾਂ ਮੈਨੂੰ ਭੇਜ, ਬਿਲਕੁਲ, ਜਾਂ ਉਹ ਕਲਿੱਕ ਕਰਨ ਦਾ ਅਲਾਊ ਕਰਦਾ, ਪਹਿਲੀ ਗੱਲ ਤਾਂ ਇਹ ਹੋਣਾ ਹੀ ਨਹੀਂ ਚਾਹੀਦਾ। ਚਲੋ ਜੇ ਤੁਸੀਂ ਐਡੀਟਿੰਗ ਦੀ ਗੱਲ ਕੀਤੀ, ਉਹਦੇ 'ਚ ਤਾਂ ਫਿਰ ਸਾਡਾ ਵੱਸ ਨਹੀਂ ਚੱਲਦਾ, ਐਡੀਟਿੰਗ ਕਰਕੇ ਕੁਛ ਵੀ ਹੋ ਸਕਦਾ। ਤੀਜੀ ਗੱਲ ਆ ਜਾਂਦੀ ਜੇ ਅਸਲੀ 'ਚ ਉਹ ਵੀਡੀਓ ਲੀਕ ਹੋ ਗਈ। ਹੁਣ ਜਿਹੜਾ ਮੁੱਦਾ, ਤੁਸੀਂ ਖੁਦ ਸਮਝਦਾਰ ਹੋ, ਮੈਂ ਵੀ ਯੰਗਸਟਰ ਹਾਂ, ਕੀ ਸਾਡੇ ਪੰਜਾਬ 'ਚ ਅੱਜ ਜਿਹੜੇ ਮੁੱਦੇ ਚੱਲ ਰਹੇ ਨੇ ਇਹ ਵਾਇਰਲ ਹੋਣੇ ਜ਼ਿਆਦਾ ਜ਼ਰੂਰੀ ਨੇ? ਜਾਂ ਇੱਕ ਬੱਚੀ ਜਿਹਦੀ ਮਾਂ ਦਾ ਮੁੰਡਾ ਸਕਾ, ਜਿਹਨੇ ਇਹਨੂੰ ਕੁੱਖੋਂ ਜਨਮ ਦਿੱਤਾ, ਇਸ ਮਾਂ ਨੇ ਜਿਹਨੂੰ ਜਨਮ ਦਿੱਤਾ, ਉਹ ਛੱਡ ਗਿਆ ਇਹਨੂੰ ਵਿਆਹ ਤੋਂ ਬਾਅਦ, ਇੱਕ ਧੀ ਆ ਜਿਹਦਾ ਸਾਰਾ ਬਣੀ ਹੋਈ ਹੈ ਜੀ, ਕਿਡਨੀਆਂ ਖਰਾਬ ਨੇ ਮਾਂ ਦੀਆਂ, ਦੇਖੋ ਨਾਲ ਪਿਓ ਬੈਠਾ, ਇਹ ਮੁੱਦਿਆਂ ਦੇ ਧਿਆਨ ਦੇਣਾ ਜ਼ਿਆਦਾ ਜ਼ਰੂਰੀ ਹੈ ਕਿ ਉਹ ਜਿਹੜੇ ਫੈਮਿਲੀ ਮੈਟਰ ਨੇ। ਮੈਂ ਕੋਈ ਸਪੋਰਟ ਨਹੀਂ ਕਰ ਰਿਹਾ ਉਹਨਾਂ ਦੀ, ਬਿਲਕੁਲ ਬਿਲਕੁਲ, ਕਿਉਂਕਿ ਹੋ ਸਕਦਾ ਲੋਕ ਕਹਿੰਦੇ ਸੀ ਕਿ ਵਲੋਗਰਾਂ ਕੋਲ ਕੋਈ ਕੰਮ ਹੀ ਹੈ ਨਹੀਂ, ਵਿਹਲੇ ਨੇ। ਮੈਂ ਕਹਿੰਦਾ ਜੇ ਕੋਈ ਬੰਦਾ ਵਿਹਲਾ ਰਹਿ ਕੇ 4 ਪੈਸੇ ਕਮਾ ਰਿਹਾ, ਤੁਹਾਨੂੰ ਨਹੀਂ ਪਸੰਦ ਨਾ ਦੇਖੋ, ਪਰ ਤੁਸੀਂ ਉਹਨੂੰ ਦੇਖ ਵੀ ਰਹੇ ਹੋ, ਗਾਲਾਂ ਵੀ ਕੱਢ ਰਹੇ ਹੋ, ਮਤਲਬ ਕਿਤੇ ਨਾ ਕਿਤੇ ਤੁਸੀਂ ਵੀ ਇਹ ਚੀਜ਼ ਦੇਖਣਾ ਚਾਹੁੰਦੇ ਹੋ, ਬਿਲਕੁਲ ਬਿਲਕੁਲ, ਔਰ ਜੇ ਉਹ ਚੀਜ਼ ਦੇ ਰਹੇ ਨੇ ਤੁਹਾਨੂੰ ਪਰੋਸ ਕੇ ਤਾਂ ਤੁਸੀਂ ਦੇਖ ਰਹੇ ਹੋ। ਪਰ ਜੋ ਵੀ ਇਹ ਮੁੱਦਾ ਹੋ ਰਿਹਾ ਬੀਇੰਗ ਪਰਸਨਲੀ ਐਜ਼ ਅ ਇਨਸਾਨੀਅਤ, ਮੈਨੂੰ ਬਿਲਕੁਲ ਬੁਰਾ ਲੱਗ ਰਿਹਾ, ਕਿਉਂਕਿ ਉਹਨਾਂ ਦੀ ਵੀਡੀਓਜ਼ ਮੈਂ ਦੇਖ ਰਿਹਾ ਨਾ। ਮੈਂ ਆਪਣੇ 'ਤੇ ਜੇ ਲਾਵਾਂ ਕਿ ਜਿਵੇਂ ਹੁਣ ਲੋਕ ਸਵਾਦ ਵੀ ਲੈ ਰਹੇ ਨੇ, ਰੋਸਟਿੰਗ ਵੀਡੀਓਜ਼ ਬਣ ਰਹੀਆਂ ਨੇ, ਕਿ ਮੈਂ ਇੱਕ ਬੰਦੇ ਨੂੰ ਕਿਹਾ, ਮੈਂ ਕਿਹਾ ਯਾਰ ਜੇ ਆਪਣੇ 'ਤੇ ਬੀਤੇ ਇਹ ਫਿਰ ਕਿਵੇਂ ਫੀਲ ਹੋਏਗਾ? ਕਹਿੰਦਾ ਸਾਡੇ 'ਤੇ ਬੀਤ ਹੀ ਨਹੀਂ ਸਕਦੀ। ਮੈਂ ਕਿਹਾ ਕਿਉਂ? ਕਹਿੰਦਾ ਅਸੀਂ ਕਦੀ ਇੱਦਾਂ ਦੀ ਹਰਕਤ ਕਰਾਂਗੇ ਨਹੀਂ, ਵੀਡੀਓ ਬਣਾਵਾਂਗੇ ਹੀ ਨਹੀਂ। ਮੈਂ ਕਿਹਾ ਜੇ ਤੇਰੀ ਭੈਣ ਨੇ ਬਣਾ ਲਈ, ਬਿਲਕੁਲ, ਜੇ ਤੇਰੇ ਬੱਚਿਆਂ ਨੇ ਬਣਾ ਲਈ, ਤੇਰੇ ਅੱਗੋਂ ਕਿਸੇ ਜਨਰੇਸ਼ਨ 'ਚ ਕਿਸੇ ਨੇ ਬਣਾ ਲਈ, ਫਿਰ ਜਵਾਬ ਨਹੀਂ ਆਇਆ। ਅੱਜ ਅਸੀਂ ਵੀਡੀਓਜ਼ ਉਹਨਾਂ ਦੀ ਉਨੀਆਂ ਕੁ ਸ਼ੇਅਰ ਕਰੀਏ ਜਿੰਨੀਆਂ ਅਸੀਂ ਆਪਣੀਆਂ ਵੀਡੀਓਜ਼ ਜਾਂ ਆਪਣੇ ਪਰਿਵਾਰ ਦੀਆਂ ਵੀਡੀਓਜ਼ ਸ਼ੇਅਰ ਹੁੰਦੀਆਂ ਦੇਖਣਾ ਦੇਖ ਸਕਦੇ ਹਾਂ ਜੀ। ਮਤਲਬ ਇਹਨੂੰ ਹੁੰਗਾਰਾ, ਮੈਂ ਇੱਕ ਚੀਜ਼ ਕਹੂੰਗੀ ਕਿ ਇਸ ਚੀਜ਼ ਨੂੰ ਬਹੁਤ ਹੁੰਗਾਰਾ ਦਿੱਤਾ ਜਾ ਰਿਹਾ। ਉਹ ਬੰਦਾ ਇੱਕ ਰੋ ਰਿਹਾ ਆ, ਪਰ ਉਸ ਉਹਦੇ ਰੋਂਦਿਆਂ ਤੋਂ ਨਾ, ਮੈਂ ਨਾਮ ਨਹੀਂ ਲੈਣਾ ਚਾਹੂੰਗੀ, ਪਰ ਰੋਸਟਰ ਹੀ ਕਹਿ ਲਓ ਹੈ ਨਾ, ਵੀ ਉਹਨਾਂ ਨੇ ਵੀਡੀਓ ਪਹਿਲਾਂ ਰੋਸਟ ਕੀਤਾ, ਫਿਰ ਉਸ ਤੋਂ ਬਾਅਦ ਉਹ ਜਦੋਂ ਰੋਇਆ ਉਹਨੂੰ ਫਿਰ ਤੋਂ ਰੋਸਟ ਕੀਤਾ ਗਿਆ। ਤੁਹਾਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਮਤਲਬ ਕਿ ਕਹਿ ਲਓ ਵੀ ਸੰਵੇਦਨਸ਼ੀਲਤਾ ਦੇਣ ਦੀ ਬਜਾਏ ਅਸੀਂ ਉਹਨਾਂ ਨੂੰ ਹੋਰ ਡੀਮੋਟੀਵੇਟ ਕਰ ਰਹੇ ਹਾਂ? ਕਿ ਉਹਨਾਂ ਨੇ ਜਿਵੇਂ ਅੱਜ ਕਿਹਾ ਕਿ ਮੈਨੂੰ ਨਹੀਂ ਪਤਾ ਅਸੀਂ ਬਚਣਾ ਜਾਂ ਨਹੀਂ ਬਚਣਾ, ਸੋ ਕੀ ਲੱਗਦਾ ਸੋਸ਼ਲ ਮੀਡੀਆ ਅੱਜ ਬਹੁਤ ਵੱਡਾ ਸੋਸ਼ਲ ਮੀਡੀਆ ਪਲੇਟਫਾਰਮ ਹੈ, ਲੱਗਦਾ ਕਿ ਸਾਨੂੰ ਉਹਨਾਂ ਨੂੰ ਦਿਲਾਸਾ ਦੇਣਾ ਚਾਹੀਦਾ, ਉਹਨਾਂ ਨੂੰ ਇਸ ਚੀਜ਼ ਤੋਂ ਬਾਹਰ ਕੱਢਣਾ ਚਾਹੀਦਾ? ਮੈਮ, ਅੱਜ ਕੱਲ੍ਹ ਵਲੋਗਰ ਕਿਉਂ ਵਾਰ ਵਾਰ ਇੰਨੇ ਜ਼ਿਆਦਾ ਵਲੋਗਰ ਕਿਉਂ ਵੱਧ ਰਹੇ ਨੇ? ਰੀਜ਼ਨ ਬੀਇੰਗ ਕਿ ਵਲੋਗਿੰਗ ਦੇ ਵਿੱਚ ਕਰਕੇ ਸਾਨੂੰ ਸੋਸ਼ਲ ਮੀਡੀਆ ਤੋਂ ਪੈਸੇ ਆਉਂਦੇ ਨੇ। ਬਿਲਕੁਲ, ਵਲੋਗਰ ਤਾਂ ਵੱਧ ਰਹੇ ਨੇ ਕਿਉਂਕਿ ਇਹ ਇੱਕ ਈਜ਼ੀ ਮੇਕਿੰਗ ਮਨੀ ਪ੍ਰੋਸੈਸ ਹੈ ਕਿ ਘਰ ਬੈਠੋ ਵੀਡੀਓ ਬਣਾਓ, ਇੱਧਰ ਉੱਧਰ ਕਰੋ। ਦੇਖੋ, ਪਹਿਲੀ ਗੱਲ ਤਾਂ ਜੋ ਮੇਰੀ ਪਰਸਨਲ ਰਾਏ ਹੈ, ਇੰਨੀ ਪਰਸਨਲ ਲਾਈਫ ਨਹੀਂ ਦਿਖਾਉਣੀ ਚਾਹੀਦੀ, ਫੈਮਿਲੀ ਨਹੀਂ ਦਿਖਾਉਣੀ, ਮੇਰੀ ਪਰਸਨਲ ਰਾਏ ਹੈ, ਬਾਕੀ ਹਰ ਕਿਸੇ ਦੀ ਆਪਣੀ ਆਪਣੀ ਰਾਏ। ਪਰ ਜੇ ਆਪਾਂ ਇਸ ਹੱਦ ਤੱਕ ਵਲੋਗਿੰਗ ਕਰ ਰਹੇ ਹਾਂ, ਫਿਰ ਇੱਕ ਜਿਹੜੀ ਰੋਸਟਿੰਗ ਹੈ ਨਾ, ਉਹ ਵੀ ਇੱਕ ਕਮਾਈ ਕਰਨ ਦਾ ਹਿੱਸਾ ਹੈ। ਹਾਂਜੀ, ਉਹ ਕਿਸੇ ਨੂੰ ਰੋਸਟ ਨਹੀਂ ਕਰਨਗੇ, ਉਹਨਾਂ ਦੇ ਵਿਊ ਨਹੀਂ ਆਣਗੇ, ਉਹ ਵੀ ਵਲੋਗਰ ਵੀ ਕਮਾਈ ਕਰ ਰਹੇ ਨੇ, ਰੋਸਟਰ ਵੀ ਕਮਾਈ ਕਰ ਰਹੇ ਨੇ। ਇਹ ਜਿਹੜੀ ਦੋਨਾਂ ਦੀ ਲੜਾਈ ਹੈ ਨਾ, ਇਹ ਸਿਰਫ ਸੋਸ਼ਲ ਮੀਡੀਆ ਤੱਕ ਸੀਮਤ ਹੈ। ਇਹ ਅਸਲ 'ਚ ਕਦੀ ਤੁਸੀਂ ਦੇਖਿਆ ਕਿਸੇ ਵਲੋਗਰ ਨੂੰ ਤੇ ਕਿਸੇ ਰੋਸਟਰ ਨੂੰ ਅਸਲੀ 'ਚ ਲੜਦੇ ਹੋਏ? ਇਹ ਸਿਰਫ ਸੋਸ਼ਲ ਮੀਡੀਆ ਦੀ ਲੜਾਈ ਹੈ, ਔਰ ਇਸ ਲੜਾਈ ਤੋਂ ਦੋਨਾਂ ਨੂੰ ਪੈਸੇ ਮਿਲਦੇ ਨੇ। ਪਰ ਜੋ ਹੁਣ ਕੰਡੀਸ਼ਨ ਆਹ ਬਣ ਚੁੱਕੀ ਹੈ, ਕਿਉਂਕਿ ਹਰ ਕਹਿੰਦੇ ਆ ਨਾ ਕਿ
ਸੇਵੇ ਤੇ ਰੋਟੀ ਪਕਾਉਣਾ ਪਰ ਇਹ ਜਿਹੜਾ ਸੇਵਾ ਹੈ ਜਿਹੜਾ ਇਹ ਸਿਚੁਏਸ਼ਨ ਹੋ ਰਹੀ ਹੈ ਇਹਦੇ ਤੋਂ ਰੋਟੀ ਨਹੀਂ ਪਕਾਉਣੀ ਚਾਹੀਦੀ ਇਸ ਟਾਈਮ ਮੈਂਟਲੀ ਕੰਡੀਸ਼ਨ ਜਿਹੜੀ ਉਸ ਪਰਿਵਾਰ ਦੀ ਅਸੀਂ ਫੀਲ ਕਰਕੇ ਦੇਖੀਏ ਬਹੁਤ ਜ਼ਿਆਦਾ ਵਰਸਟ ਹੈ ਆਪਾਂ ਇਸ ਮੁੱਦੇ ਨੂੰ ਛੱਡ ਕੇ ਹੋਰ ਜਿਹੜੇ ਮੁੱਦੇ ਨੇ ਹੁਣ ਜਦੋਂ ਅਸੀਂ ਵੀ ਤਾਂ ਵੀਡੀਓ ਪਾਉਂਦੇ ਹਾਂ ਸਾਡੀਆਂ ਵੀ ਵਾਇਰਲ ਹੁੰਦੀਆਂ ਤਾਂ ਇਦਾਂ ਦੇ ਮੁੱਦਿਆਂ ਤੇ ਬੋਲੋ ਸਿਸਟਮ ਨਾਲ ਸਰਕਾਰ ਨਾਲ ਪੰਗੇ ਲਓ ਕਿ ਯਾਰ ਆ ਸਿਸਟਮ 'ਚ ਕਿਉਂ ਗਲਤ ਹੋ ਰਿਹਾ ਜਦ ਆਪਾਂ ਹੈਲਥ ਸਿਸਟਮ ਦੀ ਗੱਲ ਕਰਦੇ ਹਾਂ ਆਪਣੀ ਵੀਡੀਓ 'ਚ ਵੀ ਗੱਲ ਕੀਤੀ ਸੀ ਕੋਵਿਡ ਗਈ ਨੂੰ 2 ਸਾਲ ਹੋ ਚੁੱਕੇ ਨੇ ਜੇ ਅੱਜ ਖੁਦਾ ਨਾ ਖਾਸ ਕਰ ਕੋਵਿਡ ਦੁਬਾਰਾ ਆ ਜਾਵੇ ਤਾਂ ਅਸੀਂ ਕਿੱਥੇ ਖੜੇ ਹਾਂ ਸਾਡੀਆਂ ਮੈਡੀਕਲ ਫੈਸਿਲਿਟੀਆਂ ਕਿੱਥੇ ਖੜੀਆਂ ਨੇ ਅੱਜ ਯੂਥ ਨੂੰ ਇਹਨਾਂ ਮੁੱਦਿਆਂ ਤੇ ਧਿਆਨ ਦੇਣ ਦੀ ਲੋੜ ਹੈ ਔਰ ਮੁੱਦੇ ਕਿਹੜੀ ਚੱਕ ਰਹੀ ਹੋ ਕਿ ਜੀ ਉਹ ਫਲਾਣਾ ਬੰਦਾ ਗੰਦ ਵੀਡੀਓ ਬਣਾ ਰਿਹਾ ਉਹ ਫਲਾਣਾ ਬੰਦਾ ਜੀ ਆਹ ਕਰ ਰਿਹਾ ਫਲਾਣਾ ਬੰਦਾ ਅਗਰ ਲੋਕੀ ਖੁਦ ਮੈਮ ਸਵਾਦ ਲੈਣਾ ਚਾਹੁੰਦੇ ਨੇ ਸਵਾਦ ਦੇਖਣਾ ਚਾਹੁੰਦੇ ਨੇ ਤੇ ਕਸੂਰ ਫਿਰ ਉਹਨਾਂ ਦਾ ਹੀ ਕੱਢ ਦਿੰਦੇ ਨੇ ਸਾਡੀ ਅੱਖ 'ਚ ਗੰਦ ਹੈ ਗੰਦ ਦਿਖਾਉਣ ਵਾਲੇ 'ਚ ਜਾਂ ਗੰਦ ਬਣਾਉਣ ਵਾਲੇ 'ਚ ਨਹੀਂ ਗੰਦ ਸਾਡੀ ਅੱਖ 'ਚ ਹੈ ਕਿ ਅਸੀਂ ਵਾਰ ਵਾਰ ਉੱਥੇ ਹੀ ਜਾ ਰਹੇ ਹਾਂ ਗੰਦ ਦੇਖਣ ਲਈ ਨਾ ਜਾਓ ਇੰਨੀਆਂ ਵਧੀਆ ਚੀਜ਼ਾਂ ਵੀ ਤਾਂ ਪਈਆਂ ਸੋਸ਼ਲ ਮੀਡੀਆ 'ਤੇ ਕਿਉਂ ਨਹੀਂ ਦੇਖਦੇ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੂੰਗੀ ਉਹ ਚਲੋ ਰੋਸਟਰ ਤਾਂ ਰੋਸਟ ਕਰ ਰਹੇ ਨੇ ਮੈਨੂੰ ਲੱਗਦਾ ਕਿ ਮੈਂਟਲ ਪੀਸ ਜਿਹੜਾ ਜਦੋਂ ਚਲਾ ਗਿਆ ਨਾ ਡਿਪਰੈਸ਼ਨ ਬਹੁਤ ਗੰਦੀ ਚੀਜ਼ ਆ ਐਂਜ਼ਾਇਟੀ 7 ਸ਼ਬਦਾਂ ਦਾ ਮਤਲਬ ਕਹਿ ਲਈਏ ਨਾ ਮਾਰ ਦਿੰਦੀ ਹੈ ਲੋਕ ਉਹਨਾਂ ਨੂੰ ਰੋਸਟ ਤਾਂ ਕਰ ਰਹੇ ਨੇ ਪਰ ਬਕਾਇਦਾ ਕੁਝ ਪੇਜਿਸ ਜਿਹੜੇ ਨੇ ਉਹ ਵੀਡੀਓਜ਼ ਪਾ ਰਹੇ ਨੇ ਮੈਂ ਚਾਹੁੰਦੀ ਕਿ ਤੁਹਾਡੀ ਉਹਨਾਂ ਨਾਲ ਗੱਲ ਹੋਈ ਸੀਗੀ ਉਸ ਲੇਡੀ ਦਾ ਜੇ ਜ਼ਿਕਰ ਕਰਾਂ ਤਾਂ ਮੈਨੂੰ ਲੱਗਦਾ ਕਿ ਸਾਨੂੰ ਵਾਕਈ ਉਹਨਾਂ ਨੂੰ ਇਸ ਚੀਜ਼ 'ਚੋਂ ਬਾਹਰ ਕੱਢਣ ਦੀ ਲੋੜ ਆ ਕਿਉਂਕਿ ਜੇ ਇਨਸਾਨੀਅਤ ਦੇ ਤੌਰ 'ਤੇ ਦੇਖਾਂ ਜਾਂ ਮੈਂ ਕੁੜੀ ਹੋਣ ਦੇ ਨਾਤੇ ਦੇਖਾਂ ਨਾ ਜਦੋਂ ਅਸੀਂ ਉਹਨਾਂ ਨੂੰ ਆਪਣੇ ਉਹਨਾਂ ਦੀ ਜਗ੍ਹਾ ਆਪਣੇ ਆਪ ਨੂੰ ਰੱਖ ਕੇ ਦੇਖਦੇ ਹਾਂ ਨਾ ਤਾਂ ਇੱਕ ਵਾਰੀ ਨਾ ਸੁਸਾਈਡ ਦਾ ਖਿਆਲ ਆਉਂਦਾ ਹੈ ਸੋ ਮੈਂ ਤੁਹਾਡੀ ਉਹਨਾਂ ਨਾਲ ਗੱਲ ਹੋਈ ਆ ਕੀ ਕੰਡੀਸ਼ਨ ਆ ਕੀ ਉਹਨਾਂ ਦਾ ਕਹਿਣਾ ਹੈ ਦੇਖੋ ਜੀ ਮੈਂ ਤਾਂ ਇੱਕ ਇਨਸਾਨੀਅਤ ਦੇ ਨਾਤੇ ਉਹਨਾਂ ਨੂੰ ਹੌਸਲਾ ਹੀ ਦਿੱਤਾ ਕਿ ਹੁਣ ਜੋ ਹੋ ਗਿਆ ਇਹਦਾ ਕੋਈ ਆਊਟਕਮ ਤਾਂ ਕੋਈ ਨਿਕਲਣਾ ਨਹੀਂ ਇਹਦਾ ਖਾ ਹੱਲ ਨਹੀਂ ਹੈਗਾ ਦੇਖੋ ਲੋਕ ਸਵਾਦ ਲੈ ਰਹੇ ਨੇ ਸਾਡੀ ਇੰਟਰਵਿਊ ਤੋਂ ਬਾਅਦ ਵੀ ਜਿਨ੍ਹਾਂ ਨੇ ਸਵਾਦ ਲੈਣਾ ਕਿਉਂਕਿ ਉਹਨਾਂ ਨੂੰ ਸਵਾਦ ਦਿਖਾਉਣ ਦੇ ਲੋਕਾਂ ਨੂੰ ਪੈਸੇ ਮਿਲਦੇ ਨੇ ਹੁਣ ਉਹਨਾਂ ਨੂੰ ਇਹ ਮਜ਼ਾਕ ਕਰਕੇ ਉਹਨਾਂ ਦੇ ਵਿਊ ਵੱਧਦੇ ਨੇ ਲੋਕ ਸਵਾਦ ਲੈਂਦੇ ਨੇ ਉਹਨਾਂ ਨੇ ਤਾਂ ਹਟਣਾ ਨਹੀਂ ਮੇਰੀ ਉਹਨਾਂ ਕਪਲ ਨੂੰ ਬੇਨਤੀ ਹੈ ਕਿ ਤੁਸੀਂ ਹੁਣ ਜੋ ਹੋਣਾ ਸੀ ਹੋ ਗਿਆ 3 ਦਿਨਾਂ 'ਚ ਜਿੰਨਾ ਜਲੂਸ ਨਿਕਲਣਾ ਸੀ ਨਿਕਲ ਗਿਆ ਹੁਣ ਥੋੜ੍ਹਾ ਜਿਹਾ ਕੰਮ ਪੋਜ਼ਿਟਿਵ ਹੋ ਰਿਹਾ ਬਹੁਤ ਲੋਕ ਤੁਹਾਡੇ ਹੱਕ 'ਚ ਆ ਰਹੇ ਨੇ ਮੇਰੇ ਕੋਲ ਵੀ ਅੱਜ 2-3 ਸੈਲੀਬ੍ਰਿਟੀਜ਼ ਨੇ ਉਹਨਾਂ ਦੇ ਨੰਬਰ ਲਿੱਤੇ ਨੇ ਜੀ ਜੀ ਕਿ ਅਸੀਂ ਗੱਲ ਕਰਨੀ ਹੈ ਗੱਲ ਇਹ ਹੈ ਕਿ ਹੁਣ ਉਹਨਾਂ ਨੂੰ ਤਗੜੇ ਹੋਣਾ ਪੈਣਾ ਜੋ ਹੋ ਗਿਆ ਹਾਂਜੀ ਇਹਨਾਂ ਦੀ ਗਲਤੀ ਕਹਿੰਦੇ ਆ ਨਾ ਕਿ ਗਲਤੀ ਤੋਂ ਅਸੀਂ ਹੁਣ 2 ਚੀਜ਼ਾਂ ਸਿੱਖ ਸਕਦੇ ਹਾਂ ਕਿ ਉਹ ਗਲਤੀ ਦੁਬਾਰਾ ਰਿਪੀਟ ਨਹੀਂ ਕਰਨੀ ਤੇ ਉਸ ਗਲਤੀ ਤੋਂ ਹੋਰ ਲੋਕਾਂ ਨੂੰ ਸਲਾਹ ਦੇਣੀ ਕਿ ਇਦਾਂ ਦੀ ਗਲਤੀ ਨਾ ਕਰੋ ਉਹਨੇ ਜੋ ਕੁਝ ਹੋਇਆ ਆਪਾਂ ਨੂੰ ਸਭ ਨੂੰ ਸਿੱਖਣਾ ਚਾਹੀਦਾ ਕਿ ਵਲੌਗਿੰਗ ਇਸ ਹੱਦ ਤੱਕ ਦਿਮਾਗ 'ਚ ਨਾ ਚੜਾ ਲਓ ਤੇ ਦੂਜਾ ਜਿਹੜਾ ਤਮਾਸ਼ ਵੀ ਨਹੀਂ ਜਨਤਾ ਨਾ ਮੈਮ ਇਹ ਰਹਿਣੀ ਹੈ ਉਹ ਕਹਿੰਦੇ ਆ ਨਾ ਕਿ ਮੌਕਾ ਮਿਲਣ ਦੀ ਦੇਰ ਹੈ ਕਿਸੇ ਨੂੰ ਬਿਲਕੁਲ ਜਿਸ ਦਿਨ ਕਿਸੇ ਨੂੰ ਕੋਈ ਮੌਕਾ ਮਿਲਦਾ ਅਗਲਾ ਨਹੀਂ ਬਖਸ਼ਦਾ ਇਹ ਸਾਰੇ ਤੁਹਾਡੇ ਵਰਗੇ ਨਹੀਂ ਹੈਗੇ ਕਿ ਤੁਹਾਡੇ ਹੱਥ ਕੁਛ ਆ ਗਿਆ ਤੇ ਤੁਸੀਂ ਉਹਨੂੰ ਡਿਲੀਟ ਕਰਤਾ ਕਿ ਛੱਡ ਯਾਰ ਕਿਉਂ ਕਿਸੇ ਦਾ ਘਰ ਉਜਾੜਨਾ ਮੇਰੀ ਲਾਈਫ 'ਚ ਹੋਇਆ ਜਦੋਂ ਮੇਰੇ ਖਿਲਾਫ ਵੀਡੀਓਜ਼ ਪੈਂਦੀਆਂ ਸੀ ਔਰ ਉਹਨਾਂ ਦੇ ਖਿਲਾਫ ਵਾਲਾ ਕੰਟੈਂਟ ਜਦੋਂ ਮੇਰੇ ਕੋਲ ਆਉਂਦਾ ਸੀ ਮੈਂ ਡਿਲੀਟ ਕਰਦਾ ਸੀ ਮੈਂ ਕਿਹਾ ਨਹੀਂ ਯਾਰ ਮੇਰਾ ਜ਼ਮੀਰ ਨਹੀਂ ਗਵਾਹੀ ਦਿੰਦਾ ਕਿ ਮੈਂ ਕਿਸੇ ਦੇ ਖਿਲਾਫ ਕੋਈ ਵੀਡੀਓ ਚਲਵਾਵਾਂ ਮੇਰੇ ਖਿਲਾਫ ਤਾਂ ਜਿੰਨਾਂ ਦਾ ਜ਼ੋਰ ਚੱਲਿਆ ਉਹਨਾਂ ਨੇ ਚਲਾਤੀਆਂ ਪਰ ਮੈਂ ਸਾਰੀਆਂ ਡਿਲੀਟ ਕੀਤੀਆਂ ਮੈਂ ਸਾਂਭ ਕੇ ਫਾਈਲ ਬਣਾ ਕੇ ਜ਼ਰੂਰ ਰੱਖੀ ਹੋਈ ਹੈ ਕਿ ਚਲੋ ਕਿਸ ਦਿਨ ਪਾਣੀ ਉੱਪਰੋਂ ਹੀ ਟੱਪ ਗਿਆ ਪਰ ਮੈਂ ਕਦੀ ਉਹ ਰਸਤੇ ਨਹੀਂ ਚੱਲਿਆ ਕਿ ਯਾਰ ਮੈਂ ਜੇ ਚਾਹਵਾਂ ਇਹਦੀ ਕਰੈਕਟਰ 'ਤੇ ਉਂਗਲੀ ਚੱਕਾਂ ਜਾਂ ਇਹਦੀ ਮੈਂ ਕਰੀਅਰ ਖਤਮ ਕਰਦਾ ਮੈਂ ਕੌਣ ਆ ਵਾਹਿਗੁਰੂ ਜਾਨੀ ਜਾਣਾ ਨੂੰ ਸਭ ਪਤਾ ਪਰ ਅੱਜ ਨਹੀਂ ਚੀਜ਼ ਕਰਨੀ ਚਾਹੀਦੀ ਜਿਹੜੀ ਕੀਤੀ ਅਨਮੋਲ ਜੀ ਮੈਂ ਨਾ ਇਸ ਸਵਾਲ ਤੁਹਾਨੂੰ ਤਾਂ ਕਰ ਰਹੀ ਹਾਂ ਕਿਉਂਕਿ ਤੁਸੀਂ ਬਹੁਤ ਚੰਗੇ ਬੁਲਾ ਰਹੇ ਹੋ ਔਰ ਲੋਕਾਂ ਨੂੰ ਸਮਝ ਵੀ ਆਉਂਦੀ ਹੈ ਜਦੋਂ ਤੁਸੀਂ ਸਮਝਾਉਂਦੇ ਹੋ ਹੈ ਨਾ ਵੀ ਮੈਂ ਖੁਦ ਪਰਸਨਲੀ ਤੁਹਾਡੀਆਂ ਵੀਡੀਓਜ਼ ਦੇਖਦੀ ਹਾਂ ਮੈਨੂੰ ਵਧੀਆ ਲੱਗਦਾ ਔਰ ਮੈਂ ਖੁਦ ਸਮਝਣ ਦੀ ਕੋਸ਼ਿਸ਼ ਕਰਦੀ ਹਾਂ ਕਿ ਇਹ ਚੀਜ਼ ਇੱਦਾਂ ਨਹੀਂ ਇੱਦਾਂ ਕਿਸੇ ਦੀ ਮਦਦ ਹੋ ਸਕਦੀ ਹੈ ਬਹੁਤ ਵਾਰੀ ਅਸੀਂ ਵੀ ਅੱਗੇ ਆਏ ਹਾਂ ਤੁਹਾਡੀਆਂ ਵੀਡੀਓਜ਼ ਦੇਖ ਕੇ ਲੋਕ ਨਾ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਉਹ ਹੋ ਸਕਦਾ ਓਬਵੀਅਸਲੀ ਉਹਨਾਂ ਦਾ ਸਜ਼ੇਰੀਅਨ ਹੋਇਆ ਪਰ ਫੋਨ ਤਾਂ ਹਰ ਕਿਸੇ ਦੇ ਹੱਥ ਦੇ ਵਿੱਚ ਹੁੰਦਾ ਨਾ ਉਹ ਕਮੈਂਟ ਦੇਖਦੇ ਹੋਣਗੇ ਮੈਂ ਚਾਹੁੰਦੀ ਹਾਂ ਕਿ ਉਹ ਕਮੈਂਟ ਵਾਲਿਆਂ ਨੂੰ ਵੀ ਜ਼ਰੂਰ ਕੋਈ ਸਲਾਹ ਜਿਹੜੀ ਆ ਉਹ ਦਿਓ ਹੈ ਨਾ ਵੀ ਮੰਨਣੀ ਨਹੀਂ ਮੰਨਣੀ ਪਰ ਮੈਨੂੰ ਲੱਗਦਾ ਤੁਸੀਂ ਬਹੁਤ ਚੰਗੇ ਬੁਲਾ ਰਹੇ ਹੋ ਜ਼ਰੂਰ ਜਿਨ੍ਹਾਂ ਨੇ ਸਮਝਣਾ ਹੋਏਗਾ ਨਾ ਕੋਈ ਇੱਕ ਸਮਝੇਗਾ ਮੈਨੂੰ ਲੱਗਦਾ ਕਿ ਮੈਮ ਜਦੋਂ ਤੱਕ ਕਿਸੇ ਦੇ ਘਰ ਅੱਗ ਨਾ ਲੱਗੇ ਉਹ ਕਿਸੇ ਹੋਰ ਦੇ ਘਰ ਅੱਗ ਲੱਗੀ ਨੂੰ ਸੇਕੇ ਨੂੰ ਸਮਝ ਹੀ ਨਹੀਂ ਸਕਦਾ ਤੁਸੀਂ ਜਿੰਨਾ ਮਰਜ਼ੀ ਜ਼ਿੰਦਗੀ 'ਚ ਤਜਰਬਾ ਜਿਹੜਾ ਸੁਣ ਕੇ ਲੈ ਲਓ ਜਦੋਂ ਤੱਕ ਆਪਣੇ 'ਤੇ ਨਹੀਂ ਬੀਤਦੀ ਉਦੋਂ ਨਹੀਂ ਮਹਿਸੂਸ ਹੁੰਦਾ ਜਿਹੜੇ ਆ ਕਮੈਂਟਰੀ ਕਰ ਰਹੇ ਨੇ ਹੋ ਸਕਦਾ ਇਹਨਾਂ ਦੇ ਘਰੇ ਧੀ ਨਾ ਹੋਵੇ ਜਾਂ ਇਹਨਾਂ ਦੇ ਘਰੇ ਭੈਣ ਨਾ ਹੋਵੇ ਪਰ ਜੰਮੇ ਤਾਂ ਮਾਂ ਦੇ ਕੁੱਖੋ ਹੀ ਨੇ ਹੋਰ ਕੋਈ ਤਰੀਕਾ ਤਾਂ ਹੈ ਨਹੀਂ ਦੁਨੀਆ 'ਚ ਆਉਣ ਦਾ ਉਸ ਮਾਂ ਨੂੰ ਧਿਆਨ 'ਚ ਰੱਖਦੇ ਹੋਏ ਮੇਰੀ ਬੇਨਤੀ ਹੈ ਕਿ ਮੈਂ ਸਿਰਫ ਇਹਨਾਂ ਦੀ ਗੱਲ ਨਹੀਂ ਕਰ ਰਿਹਾ ਕਿਸੇ ਦੁਸ਼ਮਣ ਦੀ ਵੀ ਇੱਦਾਂ ਦੀ ਵੀਡੀਓ ਨਾ ਵਾਇਰਲ ਕਰਿਆ ਕਰੋ ਉਹ ਵੀਡੀਓ ਵਾਇਰਲ ਕਰਨ ਵਾਲੇ ਪਤਾ ਨਹੀਂ ਕਿਸ ਨਰਕਾਂ 'ਚ ਭੋਗਣਗੇ ਹਨਾ ਹੁਣ ਮੈਂ ਦੇਖੋ ਲੂਹ ਕੰਡੇ ਖੜੇ ਨੇ ਆ ਸਾਡੇ ਕੋਲ ਬੱਚੇ ਨੇ ਨਾ ਦੋਨੋਂ ਹਾਂਜੀ ਆ ਮਾਂ ਬੈਠੀ ਹੈ ਇਹਨਾਂ ਦੀ ਜਿਹੜੀ ਆ ਵਿਚਾਰੀ ਲੇਡੀ ਇਹਦਾ ਹਸਬੈਂਡ ਵੀ ਮਰਿਆ ਹੋਇਆ ਇਹਦਾ ਦਿਓਰ ਵੀ ਮਰਿਆ ਹੋਇਆ ਘਰ ਦੇ ਵਿੱਚ ਦੋ ਬੰਦੇ ਸੀ ਦੋਨੋਂ ਹੀ ਚੱਲ ਗਏ ਹੁਣ ਇੱਕ ਆ ਹੈ ਤੇ ਇੱਕ ਦੀ ਨਾਲ ਸੱਸ ਹੈ ਤੇ ਦੋ ਜਵਾਕ ਨੇ ਇਲਾਜ ਕਰਾਉਣ ਜੋਗੇ ਪੈਸੇ ਨੇ ਇੱਕੋ ਮਾਂ ਬੈਠੀ ਹੈ
ਕੀ ਕਰਨਾ ਸੀ ਕੀ ਹੋਇਆ ਸੀ ਇਹਨੂੰ ਦਿਮਾਗੀ ਪ੍ਰੋਬਲਮ ਕਿਉਂ ਹੋਈ ਸੀ ਦਿਮਾਗੀ ਪ੍ਰੋਬਲਮ स्वाद ले रहे हो शेयर कर रहे हो जबकि बार बार रिक्वेस्ट कर रहे हैं कि वीडियो डिलीट कर दो पर फिर भी शेयर कर रहे हो एक दूसरे मतलब इस समय उन्होंने दिमागी हालत कहो जी होगी ਸਜ਼ੇਰੀਅਨ ਤੋਂ ਬਾਅਦ ਨਾ ਪੋਸਟਪਾਰਟਮ ਡਿਪਰੈਸ਼ਨ ਦੇ ਵਿੱਚ ਵੀ ਬੰਦਾ ਚਲਾ ਜਾਂਦਾ ਮੈਂ ਤਾਂ ਇਹ ਸੋਚੀ ਜਾਂਦਾ ਮੈਮ ਕਿ ਉਹ ਜਿੰਨੀ ਵੀਡੀਓ ਵਾਇਰਲ ਹੋ ਰਹੀ ਹੈ ਇਸ ਧੀ ਦੀ ਵੀਡੀਓ ਵਾਇਰਲ ਕਰ ਦਿੰਦੇ ਯਾਰ ਇਹਦਾ ਟੈਸਟ ਹੋ ਜਾਂਦਾ ਪਰ ਗੱਲ ਉਹੀ ਹੈ ਨਾ ਲੋਕਾਂ ਨੂੰ ਸਵਾਦ ਲੈਣ ਦੀ ਆਦਤ ਹੈ ਕਿਸੇ ਦਾ ਘਰ ਟੁੱਟਦਾ ਹੋਵੇ 1 million ਵਿਊ ਕਿਸੇ ਦਾ ਘਰ ਜੁੜਦਾ ਹੋਵੇ 1000 ਵਿਊ ਤੇ ਇਹਦਾ ਮਤਲਬ ਕੀ ਹੈ ਘਰ ਜੁੜਨ ਤੇ ਟੁੱਟਣ ਵਾਲਿਆਂ ਦੀ ਦਿੱਕਤ ਥੋੜੀ ਹੈ ਇਹ ਦਿੱਕਤ ਦੇਖਣ ਵਾਲਿਆਂ ਦੀ ਲੋਕ ਦੇਖਣਾ ਹੀ ਇਹੀ ਕੁਛ ਚਾਹੁੰਦਾ ਨੇ ਹੁਣ ਮੈਂ ਚਾਹੁੰਦਾ ਕਿ ਜੋ ਸਾਡੇ ਮੈਡੀਕਲ ਸਿਸਟਮ ਦਾ ਹਾਲ ਹੈ ਇੱਥੇ ਲੋਕ ਰੋਜ਼ ਮੈਂ ਮੰਨਦੇ ਨੇ 100-150-200 ਪੇਸ਼ੈਂਟ ਇੱਥੇ ਰੋਜ਼ ਆਉਂਦਾ ਔਰ ਇੱਕ ਇੱਕ ਸਟੋਰੀ ਜਿਹੜੀ ਉਹ ਮਤਲਬ ਫਿਲਮੀ ਸਟੋਰੀ ਤੋਂ ਵੀ ਜ਼ਿਆਦਾ ਰਵਾਣ ਵਾਲੀ ਹੈ ਹੁਣ ਤੁਸੀਂ ਦੇਖੋ ਫਿਲਮ ਦੇ ਵਿੱਚ ਜੇ ਕੋਈ ਇਦਾਂ ਦਾ ਸੀਨ ਆਵੇ ਕਿ ਮਾਂ ਦੀ ਡੈਥ ਹੋ ਗਈ ਕੁੜੀ ਡਿਪਰੈਸ਼ਨ 'ਚ ਲੋਕ ਰੋਣ ਲੱਗ ਜਾਣਗੇ ਇੱਕ ਤਾਂ 1000 ਰੁਪਏ ਟਿਕਟ ਦਾ ਖਰਚਾ ਉੱਤੋਂ ਰੋ ਰਹੇ ਨੇ ਪਰ ਇਹ ਰੀਅਲ ਸਟੋਰੀ ਨੂੰ ਕੌਣ ਸਾਥ ਦੇ ਰਿਹਾ ਬਾਪੂ ਜੀ ਕਿੱਥੋਂ ਆਉਂਦੇ ਹੋ ਤੁਸੀਂ ਰਾੜਾ ਸਾਹਿਬ ਤੋਂ ਇੱਥੇ ਆਉਂਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਦੇ ਸਾਰਾ ਪਰਿਵਾਰ ਦਾ ਜਿਹੜਾ ਇਲਾਜ ਹਾਂ ਗੁਰਦੁਆਰੇ ਰਾਤ ਰਹਿਣਾ ਅੱਛਾ ਜੀ ਮਤਲਬ ਤੁਸੀਂ ਦੇਖੋ ਕਿ 2000-3000 ਬੇਸਿਕ ਮੈਡਮ ਜਿਹੜੇ ਜਿੰਨੇ ਚ ਸ਼ਾਇਦ ਸਾਡੇ ਵਾਲੇ ਕਾਫੀ ਪੀ ਜਾਂਦੇ ਨੇ ਬਿਲਕੁਲ ਜੇ 2-3000 ਦੀ ਉਹਦੇ ਕੋਲ ਸਕੈਨ ਕਰਾਉਣ ਜੋਗੇ ਪੈਸੇ ਨਹੀਂ ਇਹ ਮੁੱਦੇ ਨੇ ਛੇੜਨ ਵਾਲੇ ਇਹ ਸਰਕਾਰ ਨੂੰ ਪੁੱਛੋ ਕਿ ਭਾਈ ਤੁਸੀਂ ਹੈਲਥ ਸਿਸਟਮ ਤੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ ਕਿੱਥੇ ਤੁਹਾਡਾ ਹੈਲਥ ਸਿਸਟਮ ਇਹ ਮੈਂ ਕੋਈ ਘਰੋਂ ਤਾਂ ਲੈ ਕੇ ਨਹੀਂ ਆਇਆ ਨਾ ਮੈਂ ਇਹਨਾਂ ਦੇ ਪਿੰਡ ਜਾ ਕੇ ਇਹਨਾਂ ਨੂੰ ਲੈ ਕੇ ਆਇਆ ਕਿ ਆ ਜਾਓ ਹੁਣ ਉਹ ਬਾਈ ਜੀ ਬੈਠੇ ਨੇ ਇੱਕ ਬਹੁਤ ਵੱਡੇ ਬਲੌਗਰ ਨੇ ਇੰਡੀਆ ਵਰਲਡ ਲੈਵਲ ਦੇ ਮੈਂ ਬੋਲਣਾ ਨਹੀਂ ਉਹਨਾਂ ਬਾਰੇ ਉਹਨਾਂ ਦੇ ਪਿੰਡ 'ਚੋਂ ਮਰੀਜ਼ ਹੈ ਅੱਛਾ ਹੁਣ ਉਹ ਲਾਈਵ ਹੋ ਕੇ ਰੋਜ਼ ਬਾਹਰੋਂ ਲੋਕਾਂ ਨੂੰ ਗਾਲਾਂ ਕੱਢਦਾ ਉਹਦਾ ਕੰਮ ਗਾਲਾਂ ਕੱਢਣ ਦਾ ਮੈਨੂੰ ਵੀ ਕੱਢਦਾ ਉਹ ਆਪਣੇ ਉਹਦੇ ਪਿੰਡ ਦੇ ਮਰੀਜ਼ ਅਸੀਂ ਸਾਹਮਣੇ ਹੁਣ ਅਸੀਂ ਤਾਂ ਨਹੀਂ ਇਹਨੂੰ ਕਿਹਾ ਕਿ ਨਹੀਂ ਤੇਰੇ ਪਿੰਡ ਦਾ ਵਲੌਗਰ ਹੈ ਜੀ ਉਹ ਸਾਨੂੰ ਗਾਲਾਂ ਕੱਢਦਾ ਸਾਡੇ ਲਈ ਤਾਂ ਗੁਰਸਾਹਿਬ ਨੇ ਸਾਨੂੰ ਇਹੀ ਸਿਖਾ ਕੇ ਸਾਰੇ ਇੱਕੋ ਨੇ ਸਾਰੇ ਪਿੰਡਾਂ ਦੇ ਲੋਕ ਇੱਕੋ ਨੇ ਸਾਰੀਆਂ ਜਾਤਾਂ ਧਰਮ ਸਭ ਇੱਕੋ ਨੇ ਸਾਨੂੰ ਤਾਂ ਇਹੀ ਸਿਖਾਇਆ ਪਰ ਬੜੀ ਸ਼ਰਮ ਵਾਲੀ ਗੱਲ ਹੈ ਸਾਡੇ ਸਮਾਜ ਦਾ ਕਿ ਜਿਹੜਾ ਇਹ ਵੀ ਚਿਹਰਾ ਹੈ ਕਿ ਆਹ ਐਨਜੀਓ ਦੀ ਵੀਡੀਓ ਸ਼ਾਇਦ ਲੋਕਾਂ ਨੇ ਇੰਨੀਆਂ ਸ਼ੇਅਰ ਨਾ ਕੀਤੀਆਂ ਹੋਣ ਜਿੰਨੀਆਂ ਉਹ ਕਪਲਸ ਦੀਆਂ ਕਰਤੀਆਂ ਬਿਲਕੁਲ ਬਿਲਕੁਲ ਔਰ ਉਹ ਕਪਲ ਵਾਕਈ ਬਹੁਤ ਡਿਪਰੈਸ਼ਨ ਦੇ ਵਿੱਚ ਆ ਉਹ ਬੰਦਾ ਮੈਂ ਕੁੜੀਆਂ ਵਾਂਗੂ ਰੋਂਦੇ ਜਿਹੜਾ ਦੇਖਿਆ ਅੱਜ ਜਦੋਂ ਅਸੀਂ ਉਹਨਾਂ ਦੇ ਰੋਂਦਿਆਂ ਦੀ ਵੀਡੀਓ ਦੇਖੀ ਨਾ ਤਾਂ ਦਿਲ ਨੂੰ ਟੀਸ ਪੈਂਦੀ ਕਿਉਂਕਿ ਅਸੀਂ ਪਰਿਵਾਰ ਵਾਲੇ ਆ ਸਾਡੇ ਘਰੇ ਧੀਆਂ ਭੈਣਾਂ ਨੇ ਧੀਆਂ ਭੈਣਾਂ ਸਭ ਦੇ ਹੋਣਗੇ ਪਰ ਮੈਨੂੰ ਲੱਗਦਾ ਧੀਆਂ ਭੈਣਾਂ ਵਾਲੇ ਵੀ ਸਵਾਦ ਲੈਂਦੇ ਹੋਣਗੇ ਇੱਕ ਵਾਰੀ ਸੋਚਣ ਦੀ ਜ਼ਰੂਰ ਸਾਨੂੰ ਲੋੜ ਆ ਕਿ ਅਸੀਂ ਕਿੱਥੇ ਖੜ ਗਏ ਆ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਇਕੱਠ ਇੱਧਰ ਮੈਂ ਜੇਕਰ ਅਸੀਂ ਗੱਲ ਕਰੀਏ ਸਾਡੀ ਦੂਸਰੀ ਸਾਈਡ ਵੀ ਇਕੱਠ ਆ ਲੋਕ ਦੂਰੋਂ ਦੂਰੋਂ ਆ ਰਹੇ ਨੇ ਇਲਾਜ ਕਰਵਾਉਣ ਦੇ ਲਈ ਜੇ ਤੁਸੀਂ ਉਹਨਾਂ ਦੀ ਵੀਡੀਓ ਨੂੰ ਛੱਡ ਕੇ ਇਹਨਾਂ ਅਸਲ ਮੁੱਦਿਆਂ 'ਤੇ ਧਿਆਨ ਦਿਓ ਤਾਂ ਅਸੀਂ ਕਿਤੇ ਦੇ ਕਿਤੇ ਪਹੁੰਚ ਜਾਈਏ ਸਾਨੂੰ ਕਿਸੇ ਅੱਗੇ ਹੱਥ ਫੈਲਾਉਣ ਦੀ ਲੋੜ ਨਾ ਪਵੇ ਜੇ ਅਸੀਂ ਇਹਨਾਂ ਦਾ ਸਾਥ ਦੇ ਦਈਏ ਅਨਮੋਲ ਜੀ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਔਰ ਬਹੁਤ ਚੰਗਾ ਬੋਲਦੇ ਹੋ ਮੈਂ ਕਹਿੰਦੀ ਹਾਂ ਜਿਵੇਂ ਮੈਂ ਤੁਹਾਡੀ ਵੀਡੀਓ ਸੁਣ ਕੇ ਅੱਜ ਪਹੁੰਚ ਗਈ ਮਜਬੂਰ ਹੋਈ ਹਾਂ ਤੁਹਾਡੇ ਕੋਲ ਆਉਣ ਨੂੰ ਲੋਕ ਜਿਹੜੇ ਨੇ ਜ਼ਰੂਰ ਉਹਨਾਂ ਦੀ ਇੱਕ ਇੱਕ ਬੋਲ ਨੂੰ ਜੇ ਗੌਰ ਨਾਲ ਸੁਣਨ ਨਾ ਤਾਂ ਕਿਤੇ ਦੇ ਕਿਤੇ ਅਸੀਂ ਪਹੁੰਚ ਗਏ ਅਤੇ ਸੇਧ ਮਿਲਦੀ ਹੈ ਸਾਨੂੰ ਸਾਰਿਆਂ ਨੂੰ ਸਿੱਖਣ ਨੂੰ ਮਿਲਦਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਅਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਅਸਲ ਮੁੱਦਿਆਂ 'ਤੇ ਗੱਲ ਕਰਦੇ ਹੋ ਔਰ ਬਹੁਤ ਸ਼ੁਕਰੀਆ ਉਸ ਕਪਲ ਦੇ ਲਈ ਤੁਸੀਂ ਖੜ੍ਹੇ ਹੋਏ ਸਟੈਂਡ ਲਿਆ ਜਿਨ੍ਹਾਂ ਦੇ ਲਈ ਅੱਜ ਜੀਣਾ ਮੁਸ਼ਕਿਲ ਹੋਇਆ ਪਿਆ ਮੈਂ ਤਾਂ ਮੈਮ ਇਹੀ ਸੋਚਦਾ ਹਰ ਬੰਦਾ ਕਹੀ ਜਾਂਦਾ ਕਿ ਉਹਨਾਂ ਦੀ ਗਲਤੀ ਆ ਉਹਨਾਂ ਨੇ ਵੀਡੀਓ ਕੋ ਬਣਾਈ ਮੈਂ ਕਿਹਾ ਮੰਨ ਲਈ ਉਹਨਾਂ ਦੀ ਗਲਤੀ ਹੈ ਲੋਕ ਕਹਿੰਦੇ ਨੇ ਕਿ ਅਸੀਂ ਕਦੀ ਗਲਤੀ ਨਹੀਂ ਕਰਾਂਗੇ ਮੈਂ ਗੱਲ ਪੁੱਛਦਾ ਕਿ ਤੁਹਾਡੀ ਰੀਅਲ ਸਿਸਟਰ ਜਾਂ ਤੁਹਾਡੇ ਬੱਚੇ ਕੱਲ ਨੂੰ ਹਨੀਮੂਨ ਤੇ ਜਾਣਗੇ ਬਾਹਰ ਹੋਟਲ 'ਚ ਉਹਨਾਂ ਦੀ ਵੀਡੀਓ ਬਣ ਗਈ ਫਿਰ ਕਿੱਥੇ ਖੜੇ ਹੋ ਤੁਸੀਂ ਵੈਸੇ ਕਿਸੇ ਨੇ ਗੁਪਤ ਵੀਡੀਓ ਬਣਾ ਲਈ ਫਿਰ ਕਿੱਥੇ ਰਹੋਗੇ ਪਰਮਾਤਮਾ ਦੇ ਸਰਕਲ ਦਾ ਕਿਸੇ ਨੂੰ ਨਹੀਂ ਪਤਾ ਅੱਜ ਜਿਹੜੇ ਹੱਸ ਰਹੇ ਨੇ ਜਿਹੜੇ ਉਹਨਾਂ ਦਾ ਮਜ਼ਾਕ ਉਡਾ ਰਹੇ ਨੇ ਜਿਹੜੇ ਉਹਨਾਂ ਨੂੰ ਡਿਪਰੈਸ਼ਨ 'ਚ ਜਾਣ ਲਈ ਮਜਬੂਰ ਕਰ ਰਹੇ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਸੰਭਲਣਾ ਚਾਹੀਦਾ ਕਿ ਕੱਲ੍ਹ ਨੂੰ ਇਹ ਹਾਲਾਤ ਸਾਡੇ 'ਚੋਂ ਕਿਸੇ ਪਰਿਵਾਰ ਦੇ ਹੋ ਸਕਦੇ ਨੇ ਜਿਸ ਦਿਨ ਅਸੀਂ ਇਹ ਸੋਚ ਲੈਣਾ ਕਿ ਮੇਰੇ ਨਾਲ ਵੀ ਹੋ ਸਕਦਾ ਹੈ ਫਿਰ ਕੋਈ ਕਿਸੇ ਨਾਲ ਗਲਤ ਨਹੀਂ ਕਰੇਗਾ ਐਕਚੁਅਲੀ ਲੋਕ ਭੁੱਲ ਜਾਂਦੇ ਨੇ ਲੋਕ ਭੁੱਲ ਜਾਂਦੇ ਨੇ ਕਿ ਪਰਮਾਤਮਾ ਜਿਹੜਾ ਨਾ ਉਹ ਜਿਹੜਾ ਕਰਮ ਆ ਉਹ ਗੋਲ ਹੈ ਵਟ ਗੋਜ਼ ਅਰਾਊਂਡ ਦੈਟ ਕਮਸ ਅਰਾਊਂਡ ਬਸ ਜਿਸ ਦਿਨ ਆਹ ਯਾਦ ਰਹੇਗਾ ਸਾਨੂੰ ਕਿ ਮੈਂ ਕਿਸੇ ਨਾਲ ਉਹਨਾਂ ਕੀ ਗਲਤ ਕਰਾਂ ਜਿੰਨਾ ਕਿ ਮੈਂ ਸਹਿ ਸਕਦਾ ਫਿਰ ਆਪਾਂ ਕਿਸੇ ਨਾਲ ਗਲਤ ਨਹੀਂ ਕਰਾਂਗੇ ਬਿਲਕੁਲ ਸਹੀ ਗੱਲ ਆ ਮੈਂ ਵੀ ਹਮੇਸ਼ਾ ਇੱਕ ਚੀਜ਼ ਕਹਿੰਦੀ ਹੁੰਦੀ ਜੋ ਬੀਜਾਂਗੇ ਉਹ ਵੱਢਾਂਗੇ ਜ਼ਰੂਰ ਸੋ ਕਿਸੇ ਨੂੰ ਦੁੱਖ 'ਚ ਪਾਉਣ ਦੀ ਬਜਾਏ ਜੇ ਉਹਦੇ ਚਿਹਰੇ ਦੀ ਮੁਸਕਰਾਹਟ ਅਸੀਂ ਬਣ ਸਕਦੇ ਨਾ ਜਿਵੇਂ ਅਨਮੋਲ ਜੀ ਬਣਦੇ ਨੇ ਹਨਾ ਮੁਸਕਰਾਹਟ ਤੇ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਕਿਸੇ ਨਾ ਕਿਸੇ ਦੇ ਚਿਹਰੇ ਦੀ ਮੁਸਕਰਾਹਟ ਬਣਨਾ ਚਾਹੀਦਾ ਤੇ ਜੇ ਬੰਦਾ ਕੋਈ ਡਿਪਰੈਸ਼ਨ ਦੇ ਵਿੱਚ ਜਾ ਰਿਹਾ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਬਹੁਤ ਬਹੁਤ ਸ਼ੁਕਰੀਆ ਅਨਮੋਲ ਜੀ ਥੈਂਕ ਯੂ ਸੋ ਮਚ ਮੈਮ ਥੈਂਕ ਯੂ